कबीरे तन जाएगा सको तो ले भोर नांगे पावों ते गए जिनके लाख करोड़ जी देखो 100 खरब रुपया सी वो भी खाली हथ गए ने। तू केड़े उल्टे कम च पै गया, तू तो आया ही सुन वास्ते ते पढ़न वास्ते आ, बाणी कमाउण वास्ते आ। पहला बाणी सुनी जाती है, सुनदा महात्म किन्ना है, नानक भगता सदा विगास सुनिया दुख पाप करना दुखां दा ते पापां दा ना, फिर उन्हूं मनना है, मन के फिर उहदी कमाई करनी है, कमाई करके फिर जिहड़ी चीज़ बाणी कहिंदी है परमेश्वर वह अंदरे प्रगट हो जाना है, बाहर नहीं होया कर। कहिंदे थोड़ा आउणा ही इस करके होया, आयो सुनन पढ़न को बाणी। ते साडे मन च आउंदा वी किते महाराज कहिंदे आ भई प्राप्त मानुख दे ओरिया गोबिंद मिल की है तेरी बरिया अवरकाज तेरे किते ना का मिल साह सकत भज के ना। उत्थे भी नाम बाणी होंदी है, नाम नाम दे हिस्से ने, पहला बाणी होंदी है। ਗੁਰੂ ਗ੍ਰੰਥ ਸਾਹਿਬ ਦਾ ਤੱਤ ਜਪਜੀ ਸਾਹਿਬ ਹੈ, ਜਪਜੀ ਸਾਹਿਬ ਦਾ ਤੱਤ ਮੂਲ ਮੰਤਰ ਹੈ, ਮੂਲ ਮੰਤਰ ਦਾ ਤਪ ਤਪ ਜੇ ਤੱਤ ਹੈ ਉਹ ਵਾਹਿਗੁਰੂ ਮੰਤਰ ਹੈ। ਉਹ ਬੀਜ ਬੀਜ ਹੈ ਸਾਰੀ ਗੁਰਬਾਣੀ ਦਾ ਜਿਹੜਾ ਵਾਹਿਗੁਰੂ ਮੰਤਰ ਹੈ, ਸਾਰੀ ਉਹ ਬਾਣੀ ਹੋਇਆ ਕਰਦੀ ਹੈ। ਸਵਾਲ ਦਾ ਫਰਮਾਨ ਹੈ ਕਿ ਆਇਓ ਸੁਣਨ ਪੜ੍ਹਨ ਕੋ ਬਾਣੀ, ਪਰ ਹੋਇਆ ਕੀ, ਨਾਮ ਵਿਸਾਰ ਲਗਾ ਲਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ। ਨਾਮ ਨੂੰ ਤਾਂ ਭੁੱਲ ਗਿਆ, ਲਾਲਚਾਂ 'ਚ ਲੱਗ ਗਿਆ, ਜਨਮ ਨੂੰ ਕੀ ਹੋ ਗਿਆ, ਕਹਿੰਦੇ ਬਿਰਥਾ ਹੀ ਗਿਆ, ਬਰਬਾਦ ਹੋ ਗਿਆ ਜਨਮ ਇਸ ਕੰਮ ਤੋਂ ਬਗੈਰ। ਸਮਝੇ ਚੇਤ ਚੇਤ ਮਨ ਮੇਰੇ, ਉਹ ਕਹਿੰਦੇ ਸਮਝ ਲੈ ਮੇਰੇ ਮਨਾ ਸਮਝ ਲੈ, ਤੂੰ ਤਾਂ ਨਸ਼ੇ ਹੀ ਨਹੀਂ ਛੱਡਦਾ, ਗਾਂ ਵਾਲੀਆਂ ਗੱਲਾਂ ਕੀ ਕਰਨੀਆਂ ਇੱਥੇ, ਤੂੰ ਤਾਂ ਨਿੰਦਿਆ ਹੀ ਨਹੀਂ ਛੱਡਦਾ, ਚੁਗਲੀਆਂ ਨਹੀਂ ਛੱਡਦਾ, ਈਰਖਾ ਨਹੀਂ ਛੱਡਦਾ, ਬੈਰ ਨਹੀਂ ਛੱਡਦਾ, ਫਿਰ ਗਾਂ ਵਾਲੀ ਗੱਲ ਕਿੱਥੇ ਜਾਊਗੀ, ਤੂੰ ਤਾਂ ਪਸ਼ੂ ਬਣਿਆ ਹੈ। ਆਪ ਨਾ ਇਹ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋ, ਕਹਿੰਦਾ ਤੂੰ ਤਾਂ ਪਸ਼ੂ ਮਹਾਰਾਜ, ਕਹਿੰਦੇ ਢੋ ਰਹਿ ਕਹਿੰਦਾ ਗਦਾ, ਜੇ ਕੋਈ ਹੋਰ ਕਹਿੰਦੇ ਅਸੀਂ ਲੜਕੀਏ ਵੀ ਸਾਨੂੰ ਗਦਾ ਕਹਿੰਦੇ। ਮਹਾਰਾਜ ਕਹਿੰਦੇ ਹੈ ਕੀ ਫਿਰ, ਆ ਜਿਹੜੇ ਕੰਮ ਨੂੰ ਹੈ ਗਦਾ ਨਹੀਂ ਸਮਝਦਾ ਹੁੰਦਾ, ਇੱਧਰ ਨੂੰ ਮੋੜੋ ਦੂਏ ਪਾਸੇ ਨੂੰ ਜਾਂਦਾ, ਆ ਸੜਕ ਦੇ ਉੱਤੇ ਮੋੜੋ, ਉਹ ਸਿੱਧਾ ਹੀ ਕਾਰ ਦੇ ਹੇਠਾਂ ਨੂੰ ਆਉਂਦਾ, ਪਤਾ ਹੀ ਨਹੀਂ ਉਹਨੂੰ ਵੀ ਮੇਰੇ ਵਿੱਚ ਆ ਕੇ ਲੱਗਣੀ। ਕਹਿੰਦੇ ਐਵੇਂ ਜਿਵੇਂ ਤੂੰ ਹੈ ਉਲਟੇ ਕੰਮਾਂ 'ਚ ਪਿਆ ਹੋਇਆ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤ੍ਰੋਹ, ਤੂੰ ਹੁਣ ਸਮਝ ਇਸ ਚੀਜ਼ ਨੂੰ, ਤੈਨੂੰ ਸੰਗਤ ਮਿਲ ਗਈ, ਗੁਰੂ ਨਾਨਕ ਦੀ ਸੰਗਤ ਮਿਲ ਗਈ, ਤੁਹਾਨੂੰ ਮਿਲ ਗਈ ਨਾ ਸਾਰਿਆਂ ਨੂੰ ਜਿੰਨੇ ਬੈਠੇ, ਬਾਕੀ ਤਾਂ ਸੰਸਾਰ ਨਹੀਂ ਤੁਰੇ, ਜਿਹਨਾਂ ਨੂੰ ਨਹੀਂ ਮਿਲੀ ਉਹ ਤੁਰੇ ਫਿਰਦੇ ਨੇ, ਥੋੜ੍ਹੇ ਕੁਛ ਭਾਗ ਜਾਗ ਪਏ ਜਿਹੜੇ ਸੰਗਤ 'ਚ ਆ ਗਏ, ਕਿਉਂ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਤੀਜਾ ਜੀ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾਂ, ਦੋ ਚੀਜ਼ਾਂ ਸਭ ਤੋਂ ਸ੍ਰੇਸ਼ਟ ਨੇ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਪਰ ਮਿਲਦੀਆਂ ਕਿਹਨੂੰ ਨੇ, ਜਿਸ ਪੁਰਬ ਲਿਖੇ ਕਰ ਲੈਣਾ, ਕੋਈ ਨੇਕ ਕੰਮ ਤੁਹਾਡਾ ਕੀਤਾ ਹੋਇਆ ਜਿਹਦੇ ਬਦਲੇ ਤੁਸੀਂ ਸੰਗਤ 'ਚ ਆ। ਹੁਣ ਸੰਗਤ 'ਚ ਆ ਕੇ ਮਹਾਰਾਜ ਸਾਨੂੰ ਸਮਝਾਉਂਦੇ ਹੈ, ਕਹਿੰਦੇ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਕਥ ਕਹਾਣੀ। ਇਹ ਬਾਣੀ ਦੇ ਵਿੱਚ ਉਹ ਗੱਲ ਗੁਰੂ ਨਾਨਕ ਸਾਹਿਬ ਨੇ ਕਹਿਤੀ ਜਿਹੜੀ ਕੋਈ ਦੱਸ ਹੀ ਨਹੀਂ ਸਕਦਾ। ਲਾਭ ਲਓ ਹਰ ਹਿਰਦੇ ਅਰਾਧੋ, ਲਾਭ ਲਓ ਅਤੇ ਪਰਮੇਸ਼ਰ ਨੂੰ ਹਿਰਦੇ 'ਚ ਅਰਾਧਨਾ ਕਰੋ, ਛੁਟਕਾ ਆਪਣੇ ਜਾਣੀ ਫੇਰ ਆਉਣਾ ਜਾਣਾ ਛੁੱਟ ਜਾਇਆ ਕਰਦਾ, ਜੰਮਣਾ ਮਰਨਾ ਖਤਮ ਹੋ ਜਾਂਦਾ ਜਦ ਬਾਣੀ ਨੂੰ ਅਸੀਂ ਹਿਰਦੇ ਵਿੱਚ ਅਰਾਧਣਾ ਸ਼ੁਰੂ ਕਰਦੇ। ਉਦਮ ਸਖਤ ਸਿਆਣਪ ਤੁਮਰੀ ਦੇਹ ਤਨਾਮ ਬਖਾਣੀ ਹੈ, ਵਾਹਿਗੁਰੂ ਜੀ ਮੈਨੂੰ ਕਿਰਪਾ ਕਰਕੇ ਉਦਮ ਵੀ ਦੇ ਅਤੇ ਸ਼ਕਤੀ ਵੀ ਦੇ, ਇਹ ਸਿਆਣਪ ਵੀ ਦੇ, ਤਾਂ ਤੇਰੀਆਂ ਚੀਜ਼ਾਂ ਨੇ ਮੇਰੀਆਂ ਤਾਂ ਨਹੀਂ ਹੈ, ਮੈਨੂੰ ਦੇ ਦੇ ਮੈਂ ਫਿਰ ਤੇਰਾ ਨਾਮ ਜਪਾਂ, ਮੈਂ ਕਮਲਾ ਹੋਇਆ ਹੋਇਆ। ਸਹੀ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ। ਸੋ ਇਸ ਤਰ੍ਹਾਂ ਦੇ ਨਾਲ ਮਨ ਬਾਣੀ ਸਰੀਰ ਕਰਕੇ ਚਾਰ ਬਾਣੀਆਂ ਨੇ ਸਾਡੇ ਅੰਦਰ। ਪਹਿਲਾਂ ਤਾਂ ਜਿਵੇਂ ਮੈਂ ਬੋਲਦਾ ਇਹਨੂੰ ਬੈਖਰੀ ਕਹਿੰਦੇ ਨੇ, ਇਹਦੇ ਨਾਲ ਵੀ ਬਾਣੀ ਪੜ੍ਹੋ, ਨਾਮ ਜਪੋ। ਦੂਸਰੀ ਹੋਇਆ ਕਰਦੀ ਹੈ ਮੱਧਮਾ, ਜਿਹੜੀ ਕੰਠ 'ਚ ਹੌਲੀ ਹੌਲੀ ਬੋਲਦਾ। ਤੀਸਰੀ ਹੋਇਆ ਕਰਦੀ ਹੈ ਹਿਰਦੇ ਦੀ ਬਾਣੀ, ਜਿਹਨੂੰ ਪਸੰਤੀ ਬਾਣੀ ਕਹਿੰਦੇ, ਟੈਲੀਪੈਥੀ ਹੁੰਦੀ ਹੈ, ਬੋਲਣਾ ਨਹੀਂ ਚੱਲਣਾ ਨਹੀਂ, ਮੂੰਹ ਨਹੀਂ ਹਿਲਾਉਣਾ, ਬੁੱਲ ਨਹੀਂ ਹਿਲਾਉਣਾ, ਅੰਦਰ ਬੋਲਣਾ,
अंदर बाणी सुन रहा, मस्त हो रहा, झूमनिया इस तरह झूमदा। उन्हें पूछे तू क्या झूमदा, कहिंदा अंदर मैं बाणी सुन रहा, नाम सुन रहा। उहदे बाद परा बाणी आउंदी आ। परा बाणी मूल तार चक्कर जिहड़ा है रीढ़ दी हड्डी च सब तों हेठां उत्थे हुंदी आ, स्टॉप साइलेंस हुंदी आ, उहदे च कोई फुरना नहीं हुंदा। महाराज कहिंदे नहीं, चारां बाणियां नाल इह तूं ना आराधना कर, पहला बाहरों जपना पैंदा। ਜਿਵੇਂ ਨਲਕੇ ਦੇ ਵਿੱਚ ਪਾਣੀ ਕੱਢਣਾ ਹੋਵੇ, ਨਲਕਾ ਲਾਉਣਾ ਹੋਵੇ, ਪਹਿਲਾਂ ਪਾਣੀ ਬਾਹਰੋਂ ਪਾਉਂਦੇ ਹਾਂ, ਫਿਰ ਅੰਦਰਲਾ ਪਾਣੀ ਆਉਂਦਾ। ਪਹਿਲਾਂ ਭਾਈ ਇਹ ਬੈਖਰੀ ਬਾਣੀ ਨਾਲ ਗਾਉਣਾ, ਗਾਉਣੀ ਪੈਂਦੀ ਹੈ ਬਾਣੀ। ਗਾਓ ਜਿਵੇਂ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਇਹਨੂੰ ਗਾਓ ਜੀ ਭਰ ਕੇ। ਗਾਉਂਦੇ ਰਹੋ ਜਿੰਨਾ ਗਾ ਸਕਦੇ ਹੋ, ਪੜ੍ਹਦੇ ਰਹੋ ਜਿੰਨਾ ਪੜ੍ਹਦੇ ਹੋ, ਫਿਰ ਇਹਦੇ ਨਾਲ ਕੀ ਹੋਏਗਾ, ਇਹ ਬਾਣੀ ਜੋ ਜੀਓ ਜਾਣੇ, ਜਿਹੜਾ ਹਿਰਦੇ ਤੋਂ ਇਹਦੇ ਨਾਲ ਪਿਆਰ ਕਰੇਗਾ ਅਤੇ ਸੰਤ ਰਵੇ ਹਰਨਾਮਾ, ਉਹਦੇ ਅੰਦਰ ਨਾਮ ਪ੍ਰਗਟ ਹੋ ਜਾਏ, ਫਿਰ ਉਸ ਨਾਮ ਨੂੰ ਮਾਲਾ ਨਾਲ ਵਾਹਿਗੁਰੂ 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 ਕਰੋ, ਕਰੀ ਜਾਓ ਕਰੀ ਜਾਓ, ਤੇਜ਼ੀ ਨਾਲ ਕਰੋ, ਹੌਲੀ ਕਰੋ, ਪਰ ਘੰਟੇ ਬਹੁਤੇ ਲਾਓ। ਜਿਹਨੇ ਤਾਂ ਲੰਘਣਾ ਹੈ ਉਹ ਤਾਂ ਭਾਈ 8-10 ਘੰਟੇ ਰੋਜ਼ ਲਾਓ। ਜਿਹਨੇ ਇਹ ਕਹਿਣਾ ਵੀ ਐਤਕੀ ਤਾਂ ਕੰਮ ਜ਼ਿਆਦੇ ਆ, ਆਉਂਦੇ ਜਨਮ 'ਚ ਦੇਖਾਂਗੇ, ਉਹ 2.5 ਘੰਟੇ ਤੋਂ ਘੱਟ ਨਾ ਲਾਓ। ਇਹ 8-10 ਘੰਟੇ ਲਾਉਣ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਰਸਨਾ 'ਤੇ ਨਾਮ ਆ ਜਾਂਦਾ, ਫਿਰ ਬੁੱਲ ਵੀ ਨਹੀਂ ਹਿਲਦੇ, ਜੀਭ ਮਲਕ ਮਲਕ ਹਿੱਲੀ ਜਾਂਦੀ ਹੈ ਅੰਦਰ ਆਪੇ ਹੀ, ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਇਹ ਨਾਮ ਜਪਦਾ। ਫਿਰ ਉਹ ਤੋਂ ਬਾਅਦ ਜਦ ਰਸਨਾ ਦੇ ਨਾਲ ਲੰਘ ਜਾਣ ਨਾ 2-4 ਸਾਲ ਜਪਦੇ ਦੇ, ਫਿਰ ਰਸਨਾ ਬੰਦ ਹੋ ਜਾਂਦੀ ਹੈ, ਕੰਠ 'ਚ ਨਾਮ ਚਲਾ ਜਾਂਦਾ, ਆਪੇ ਹੀ ਸਾਹ ਕੱਟ ਕੱਟ ਕੇ ਨਾਮ ਚੱਲਦਾ। ਉਹਨੂੰ ਸਾਹ ਇਸ ਤਰ੍ਹਾਂ ਨਹੀਂ ਆਉਂਦਾ ਜਿਵੇਂ ਆਪਾਂ ਲੈਂਦੇ, ਉਹ ਸਾਹ ਨਾਮ ਨਾਮ ਦਾ ਭਰਿਆ ਹੋਇਆ ਹੁੰਦਾ, ਚਾਹੇ ਇੱਕ ਸਾਹ 'ਚ 20 ਵਾਰੀ ਵਾਹਿਗੁਰੂ ਕਹਿ ਦੇ, ਚਾਹੇ 40 ਵਾਰੀ ਕਹਿ ਦੇ, ਚਾਹੇ ਅੱਧਾ ਕਹਿ ਦੇ, ਫਰਕ ਨਹੀਂ ਪੈਂਦਾ ਇਹਦਾ। ਪਰ ਲੰਘਣ ਵਾਲੇ ਨੂੰ ਹੈ ਕਿ ਵਾਹਿਗੁਰੂ ਤੇਜ਼ ਜਪੇ। ਉਹਦੇ ਬਾਅਦ ਫਿਰ ਇਹ ਹਿਰਦੇ ਚਲੇ ਜਾਂਦਾ, ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ, ਫਿਰ ਨਾ ਬੁੱਲ ਹਿਲਦੇ ਨੇ ਨਾ ਜੀਭ ਹਿਲਦੀ ਹੈ, ਫਿਰ ਹਰ ਵਕਤ ਨਾਮ ਦੇ ਵਿੱਚ ਧਿਆਨ ਰਹਿੰਦਾ। ਇਹਨੂੰ ਜਪਾ ਜਾਪ ਕਹਿੰਦੇ, ਜਪਾ ਜਾਪ ਨਾ ਵਿਸਰੇ ਆਦ ਜੁਗਾਰ ਸਮਾਏ, ਫਿਰ ਉਹ ਵਾਹਿਗੁਰੂ 'ਚ ਸਮਾ ਜਾਂਦਾ ਜਿਹਦਾ ਐਸਾ ਨਾਮ ਚੱਲ ਪਏ। ਬਿਨਾਂ ਬੁੱਲ ਹਿਲਾਉਣ 'ਤੇ, ਬਿਨਾਂ ਜੀਵ ਹਿਲਾਉਣ 'ਤੇ ਆਪੇ ਹੀ ਨਾਮ ਜਿਵੇਂ ਫਵਾਰਾ ਚੱਲ ਹੁੰਦਾ ਆਪਣੇ ਆਪ ਚੱਲਦਾ, ਉੱਬੜ ਮੰਗਣ ਅੰਦਰੋਂ ਨਿਕਲਦਾ। ਇਹਨੂੰ ਜਪਾ ਜਾਪ ਕਹਿੰਦੇ। ਇਹਦੇ ਬਾਰੇ ਫਰਮਾਨ ਹੈ ਕਿ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ, ਜਿਹੜਾ ਇਹ ਘਰ ਦੇ ਵਿੱਚ ਸਾਡਾ ਅਸਲੀ ਘਰ ਹੈ ਜੀਵ ਆਤਮਾ ਦਾ ਦਸਵਾਂ ਦੁਆਰਾ, ਜਿਹੜਾ ਇਹ ਦਿਖਾ ਦੇਵੇ ਉਹ ਕਹਿੰਦੇ ਸਤਿਗੁਰੂ ਕੇ ਹੁੰਦਾ। ਉੱਥੇ ਨਿਸ਼ਾਨੀਆਂ ਨੇ, ਪੰਚ ਸ਼ਬਦ ਧੁਨ ਘਾਰ ਧੁਨ ਬਾਜੇ ਸ਼ਬਦ ਨਿਸ਼ਾਨ, ਪੰਜ ਸ਼ਬਦਾਂ ਦੀ ਉੱਥੇ ਧੁਨਕਾਰ ਪੈਂਦੀ ਹੈ, ਧੁਨ ਚੱਲਦੀ ਹੈ। ਉੱਥੇ ਨਿਸ਼ਾਨੀ ਹੈ ਮਹਾਰਾਜ ਕਹਿੰਦੇ, ਪੰਜ ਸ਼ਬਦ ਵੱਜਦੇ ਹੋਣਗੇ। ਹੁਣ ਤਾਂ ਸਾਨੂੰ ਪਤਾ ਹੀ ਨਹੀਂ ਵੀ ਪੰਜ ਸ਼ਬਦ ਕੀ ਹੁੰਦੇ ਨੇ, ਕਿੱਥੇ ਵੱਜਦੇ ਨੇ, ਕਿਵੇਂ ਹੁੰਦਾ ਹੈ, ਬੜੇ ਅਣਜਾਣ ਬਣ ਗਏ। ਅਸੀਂ ਤਾਂ ਬਾਹਰਲੇ ਸਿੱਖ ਬਣ ਗਏ, ਅੰਦਰ ਤਾਂ ਅਸੀਂ ਜਾਂਦੇ ਹੀ ਨਹੀਂ ਹਾਂ, ਉਤਲੇ ਉਤਲੇ ਰਹਿ ਗਏ। ਪਹਿਲੀ ਜਮਾਤ ਤੋਂ ਦੂਸਰੀ 'ਚ ਨਹੀਂ ਦਾਖਲ ਹੁੰਦੇ, ਤਰੱਕੀ ਕਰਦੇ। ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਦੀਪਾਂ ਨੂੰ ਲੋਹਾਂ ਨੂੰ ਖੰਡਾਂ ਬ੍ਰਹਮੰਡਾਂ ਨੂੰ ਜਾਂ ਦੇਖਦਾ ਕ੍ਰੀਏਸ਼ਨ ਨੂੰ ਵੈਗਰੀ ਦੇ ਨੂੰ, ਵਿਸਮਾਦ ਦੀ ਅਵਸਥਾ 'ਚ ਆ ਜਾਂਦਾ। ਤਾਰ ਕੋਰ ਬੈਜ ਬਜੰਤਰ ਤੈ ਸਾਜ ਤਖਤ ਸੁਲਤਾਨ, ਉੱਥੇ ਬੇਅੰਤ ਕਿਸਮ ਦੇ ਰਾਗ ਹੋ ਰਹੇ, ਸੋ ਦਰ ਤੇਰਾ ਗਿਆ ਸੋ ਕਰ ਗਿਆ ਜਿਤ ਬੈ ਸਰਬ ਸੰਭਾਲ। ਮਹਾਰਾਜ ਨੇ ਦੱਸਿਆ ਨਾ ਵੀ ਇੰਨੇ ਗਾਉਂਦੇ ਨੇ, ਨਾਲ ਕਿਹਾ ਵੀ ਹੋਰ ਵੀ ਬੇਅੰਤ ਗਾਉਂਦੇ ਨੇ, ਉਹ ਚਿੱਤ ਨਹੀਂ ਆ ਰਹੇ। ਉੱਥੇ ਰਾਗ ਹੁੰਦਾ, ਨਾਦ ਹੁੰਦਾ ਐਸੇ ਸਰੀਰ ਦੇ ਅੰਦਰ, ਅਤੇ ਇਹਦੇ ਵਿੱਚ ਇਹ ਵਾਹਿਗੁਰੂ ਹੈ ਸਾਜ ਤਖਤ ਸੁਲਤਾਨ। ਸੁਖਮਨ ਕੇ ਘਰ ਰਾਗ ਸੁਣ, ਆਹ ਜਿਹੜਾ ਈੜਾ ਪਿੰਗਲਾ ਦੋ ਨਾਲੀਆਂ ਨੇ ਜਿੱਥੇ ਜਾ ਕੇ ਜੁੜਦੀਆਂ ਹੈ, ਉਹਨੂੰ ਸੁਖਮਨਾ ਕਹਿੰਦੇ ਨੇ, ਵਿਚਾਰਲੀ ਨਾਲੀ। ਇਹ ਜਦੋਂ ਨਾਮ ਜਪਦਾ ਜਪਦਾ ਇੱਥੇ ਬਿਰਤੀ ਇਕਾਗਰ ਕਰ ਲੈਂਦਾ, ਉੱਥੇ ਫਿਰ ਇਹ ਰਾਗ ਮਿਊਜ਼ਿਕ ਸੁਣਦਾ, ਜਿਹਨੂੰ ਕੌਸਮਿਕ ਮਿਊਜ਼ਿਕ ਕੁਦਰਤੀ ਰਾਗ ਕਹਿੰਦੇ। ਬਿਨਾਂ ਬਜਾਏ ਬਾਜੇ ਵੱਜਦੇ ਨੇ, ਐ ਵਾਜੇ ਨਹੀਂ, ਇਹਨਾਂ ਨਾਲੋਂ ਤਾਂ ਕਰੋੜਾਂ ਗੁਣਾ ਸੋਹਣੇ ਸੁਰੀਲੇ ਵਾਜੇ ਨੇ। ਸੁਣ ਮੰਡਲ ਲੇਵਲਾ ਏ, ਜਿੱਥੇ ਫੁਰਬਸਤਾ ਹੈ ਦਸਵਾਂ ਦੁਆਰ ਹੈ, ਉੱਥੇ ਲੇਵਲਾ ਕੇ ਸੁਣ। ਅਕਥ ਕਥਾ ਵਿਚਾਰੀ ਹੈ, ਇਹ ਜਿਹੜੀ ਗੱਲ ਤੁਹਾਨੂੰ ਦੱਸਦੇ ਹੈ ਕਹਿਣ ਵਾਲੀ ਨਹੀਂ, ਪਰ ਇਹਦੀ ਵਿਚਾਰ ਕਰ ਲਓ। ਮਨਸਾ ਮਨੇ ਸਮਾਏ, ਵਾਸ਼ਨਾਵਾਂ ਸਾਰੀਆਂ ਮਨ 'ਚ ਸਮਾ ਕੇ ਮਨ ਮਰ ਜਾਏਗਾ ਅਤੇ ਅਮਨ ਹੋ ਜਾਏਗਾ, ਕੌਸਮਿਕ ਮਨ ਵਾਹਿਗੁਰੂ ਦਾ ਮਨ ਬਣ ਜਾਏਗਾ ਸਰੀਰ 'ਚ।
उल्ट कमल अमृत परिया ए मन कथ न जाए, फिर जिहड़ी भटकना हट जाएगी, शांत आ जाएगी अंदर, अमृत का भरिया होया कमल हिरदा कमल भर जाएगा। ये मन फिर किते नहीं जाता, जे जाऊ तो अंदर नू जाता। कारोबार सारे करता है, हाथ पाँव कर काम सब चीत निरंजन ना, जपा जाप ना विसरै। कहते हूँ 24 घंटे ही नहीं वाहगुरु विसरदा, ना जपदा, अखा भी नाम जपदियाँ, कन्न भी नाम जपते ने, सारा शरीर।